ਰੈਲੀਆਂ ਕਰਨ ਦੇ ਨਾਲ ਝੂਠ ਸੱਚ ਵਿੱਚ ਨਹੀਂ ਬਦਲੇਗਾ, ਖਹਿਰਾ। ਬਠਿੰਡਾ ਪੁੱਜੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਹੈ ਕਿ ਰੈਲੀਆਂ ਕਰਨ ਦੇ ਨਾਲ ਸੱਚ ਝੂਠ ਵਿੱਚ ਨਹੀਂ ਬਦਲੇਗਾ। ਵੱਖ ਵੱਖ ਵਿਸ਼ਿਆਂ 'ਤੇ ਬੋਲਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ, ਜਿਸ ਢੰਗ ਦੇ ਨਾਲ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਢਿੱਲਾ ਮੱਠਾ ਰਵੱਈਆ ਅਖਤਿਆਰ ਕੀਤਾ ਔਰ ਜਿਹੜੇ ਪੁਲਿਸ ਵਾਲੇ ਅਫਸਰ ਜਿਹੜੇ ਗੁਨਾਹਗਾਰ ਸੀ, ਜਿਨ੍ਹਾਂ ਨੇ ਦੋ ਸਿੱਖ ਨੌਜਵਾਨਾਂ ਨੂੰ ਗੋਲੀ ਮਾਰ ਕੇ ਮਾਰਿਆ ਬਹਿਬਲ ਕਲਾਂ ਦੇ ਵਿੱਚ, ਉਹਨਾਂ ਦੀਆਂ ਪ੍ਰੋਸੀਡਿੰਗਸ ਅਤੇ ਸਟੇ ਹਾਈ ਕੋਰਟ ਵਿੱਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਫੈਸਿਲੀਟੇਟ ਕੀਤਾ ਵਾ। ਅਗਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਸੰਜੀਦਾ ਸੀ ਕਿ ਇਹਨਾਂ ਅਫਸਰਾਂ ਨੂੰ ਸਜ਼ਾ ਦੇਣੀ ਆ, ਅਤੇ 28 ਅਗਸਤ ਨੂੰ ਪੰਜਾਬ ਦੀ ਵਿਧਾਨ ਸਭਾ ਵਿੱਚ 8 ਘੰਟੇ ਬਹਿਸ ਹੋਈ ਸੀ, 4 ਪੁਲਿਸ ਵਾਲੇ ਜਿਹੜੇ ਉਹ ਨਾਮਜ਼ਦ ਕੀਤੇ ਸੀਗੇ ਉਹਨਾਂ ਨੂੰ ਅੱਜ ਤੱਕ ਫੜਿਆ ਕਿਉਂ ਨਹੀਂ ਸੀਗਾ? ਕਿਸੇ ਕੋਲ ਜ਼ਮਾਨਤ ਨਹੀਂ ਸੀ, 302 ਦਾ ਮੁਕੱਦਮਾ ਸੀਗਾ। ਅਮਰਿੰਦਰ ਸਿੰਘ ਨੇ ਉਹਨਾਂ ਨੂੰ ਨਾ ਗ੍ਰਿਫਤਾਰ ਕਰਕੇ ਅਤੇ ਹੁਣ ਉਹਨਾਂ ਨੂੰ ਇੱਕ ਮੌਕਾ ਦਿੱਤਾ ਕਿ ਹਾਈ ਕੋਰਟ ਵਿੱਚ ਜਾ ਕੇ ਉਹਨਾਂ ਨੇ ਸਟੇਅ ਕਰਤਾ। ਹਾਈ ਕੋਰਟ ਵਿੱਚ ਪੰਜਾਬ ਸਰਕਾਰ ਕੋਲ 150 ਸਰਕਾਰੀ ਵਕੀਲ ਆ, ਪੂਰਾ ਐਡਵੋਕੇਟ ਜਨਰਲ ਦਾ ਆਫਿਸ ਆ, ਪਲ ਪਲ ਦੀ ਖਬਰ ਹੁੰਦੀ ਆ। ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਕੇਵੀਏਟ ਕਿਉਂ ਨਹੀਂ ਫਾਈਲ ਕੀਤਾ? ਅਗਰ ਕੇਵੀਏਟ ਫਾਈਲ ਕਰਦੇ ਤਾਂ ਕੋਈ ਵੀ ਰਿਲੀਫ ਇਹਨਾਂ ਗੁਨਾਹਗਾਰ ਪੁਲਿਸ ਵਾਲਿਆਂ ਨੂੰ ਦੇਣ ਤੋਂ ਪਹਿਲਾਂ ਹਾਈ ਕੋਰਟ ਨੇ ਪਹਿਲਾਂ ਪੁੱਛਣਾ ਸੀਗਾ ਪੰਜਾਬ ਸਰਕਾਰ ਨੂੰ ਕਿ ਤੁਹਾਡਾ ਪੱਖ ਕੀ ਆ। ਸਾਡਾ ਇਹ ਮੰਨਣਾ ਵਾ ਕਿ ਇਹ ਇੱਕ ਨੀਤੀ ਵਿਉਂਤਬੰਦੀ ਦੇ ਤਹਿਤ ਪੁਲਿਸ ਵਾਲਿਆਂ ਨੂੰ ਬਚਾਇਆ ਜਾ ਰਿਹਾ, ਕਿਉਂਕਿ ਜਿਹੜੇ ਮਿਸਟਰ ਸੁਰੇਸ਼ ਅਰੋੜਾ DGP ਪੰਜਾਬ ਨੇ, ਇਹ ਅਕਾਲੀਆਂ ਦੇ DGP ਨੇ, ਜਿਹੜੇ ਅਕਾਲੀਆਂ ਦੇ DGP ਤੋਹਫੇ ਵਿੱਚ ਸੁਖਬੀਰ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਨੂੰ ਦੇ ਕੇ ਗਏ ਨੇ। ਉਹਨਾਂ ਦੀ ਨੀਤੀ ਕਲੀਅਰ ਕੱਟ ਆ ਕਿ ਅਸੀਂ ਪੁਲਿਸ ਵਾਲਿਆਂ ਦਾ ਮੋਰਾਲ ਨਹੀਂ ਡਿੱਗਣ ਦਿਆਂਗੇ। ਇਹਦਾ ਮਤਲਬ ਉਹਨਾਂ ਨੇ ਤਾਂ ਐਲਾਨ ਕੀਤਾ ਹੋ ਕਿ ਅਸੀਂ ਪੰਜਾਬ ਪੁਲਿਸ ਵਾਲਿਆਂ ਨੂੰ ਕਿਸੇ ਨੂੰ ਕੋਈ ਗੁਨਾਹਗਾਰ ਨੂੰ ਸਜ਼ਾ ਨਹੀਂ ਹੋਣ ਦਿਆਂਗੇ, ਤਾਂ ਫਿਰ ਕਿਹੜੇ ਮੂੰਹ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀਆਂ ਨੇ ਅਤੇ MLA ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵਕਾਲਤ ਕੀਤੀ ਸੀਗੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦਵਾਵਾਂਗੇ ਅਤੇ ਗੋਲੀ ਕਾਂਡ ਵਾਲੇ ਪੁਲਿਸ ਵਾਲਿਆਂ ਨੂੰ ਫੜ ਕੇ ਅੰਦਰ ਦਿਆਂਗੇ। ਜਿਹੜੀ ਸਰਕਾਰ ਪੁਲਿਸ ਵਾਲਿਆਂ ਨੂੰ ਫੜ ਕੇ ਅੰਦਰ ਨਹੀਂ ਦੇ ਸਕਦੀ, ਉਹ ਸੁਖਬੀਰ ਅਤੇ ਬਾਦਲ ਅਤੇ ਸੁਮੇਧ ਸਿੰਘ ਸੈਣੀ ਨੂੰ ਕਿੱਦਾਂ ਫੜ ਕੇ ਅੰਦਰ ਦੇਵੇਗੀ? ਇਸ ਲਈ ਇਹ ਸਾਰੇ ਮੁੱਦੇ ਦੇ ਉੱਤੇ ਵਿਚਾਰ ਚਰਚਾ ਕਰਨ ਲਈ 21 ਸਪਟੈਂਬਰ ਨੂੰ ਚੰਡੀਗੜ੍ਹ ਵਿਖੇ ਇੱਕ ਲਾਈਕ ਮਾਈਂਡਡ ਪਾਰਟੀਆਂ ਦੀ ਅਤੇ ਲਾਈਕ ਮਾਈਂਡਡ ਜਥੇਬੰਦੀਆਂ ਦੀ, ਲਾਈਕ ਮਾਈਂਡਡ ਭਾਰਤੀ ਕਿਸਾਨ ਯੂਨੀਅਨ ਦੀਆਂ ਔਰਗਨਾਈਜੇਸ਼ਨਸ ਦੀ ਅਸੀਂ ਇੱਕ ਮੀਟਿੰਗ ਸੱਦਣ ਜਾ ਰਹੇ ਹਾਂ। ਉਸ ਮੀਟਿੰਗ ਵਿੱਚ ਵਿਚਾਰ ਚਰਚਾ ਕਰਕੇ ਆਉਣ ਵਾਲੇ ਪੰਜਾਬ ਦੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਇਸ਼ੂ ਦੇ ਉੱਤੇ ਅਸੀਂ 3 ਪ੍ਰੋਂਗਡ ਨੀਤੀ 3 ਫੇਸਡ ਐਜੀਟੇਸ਼ਨ ਅਨਾਊਂਸ ਕਰਾਂਗੇ ਔਰ ਉਹਦੇ ਵਿੱਚ ਸਭ ਤੋਂ ਪਹਿਲਾਂ ਜੋ ਬਰਗਾੜੀ ਤੋਂ ਲੈ ਕੇ ਫਰੀਦਕੋਟ ਤੱਕ ਵੱਡਾ ਮਾਰਚ ਹੋਵੇਗਾ, ਫਿਰ ਕਾਲੀ ਦੀਵਾਲੀ ਮਨਾਈ ਜਾਵੇਗੀ ਔਰ ਫਿਰ ਜੇ ਸਰਕਾਰ ਨਹੀਂ ਝੁਕਦੀ, ਨਹੀਂ ਮੰਨਦੀ, ਦੋਸ਼ੀਆਂ ਨੂੰ ਬਚਾਉਂਦੀ ਜਿੱਦਾਂ ਅਕਾਲੀਆਂ ਨੇ ਬਚਾਇਆ ਸੀਗਾ, ਤਾਂ ਇੱਕ ਬਹੁਤ ਵੱਡਾ ਰੋਸ ਮਾਰਚ ਚੰਡੀਗੜ੍ਹ ਵੱਲ ਨੂੰ ਕੂਚ ਕਰੇਗਾ ਬਰਗਾੜੀ ਤੋਂ। ਸੋ ਇਹ ਸਭ ਕੁਛ ਜਿਹੜੀ ਬੋਲ ਆ ਉਹ ਕੈਪਟਨ ਅਮਰਿੰਦਰ ਸਿੰਘ ਦੀ ਕੋਰਟ ਵਿੱਚ ਆ। ਤੁਸੀਂ ਲੋਕਾਂ ਦੇ ਨਾਲ ਜੋ ਵਾਅਦਾ ਕੀਤਾ ਪੰਜਾਬ ਦੀ ਵਿਧਾਨ ਸਭਾ 'ਤੇ, ਲੋਕ ਉਮੀਦ ਕਰਦੇ ਕਿ ਤੁਸੀਂ ਇਸ ਨੂੰ ਪੂਰਾ ਕਰੋਗੇ ਔਰ ਦੋਸ਼ੀਆਂ ਨੂੰ ਸਜ਼ਾ ਦਿਓਗੇ ਔਰ ਇਹ ਮਿਲੀ ਭੁਗਤ ਦੀ ਰਾਜਨੀਤੀ ਛੱਡੋਗੇ ਅਤੇ ਗੁਨਾਹਗਾਰ ਅਫਸਰਾਂ ਨੂੰ ਬਚਾਉਣ ਤੋਂ ਗੁਰੇਜ਼ ਕਰੋਗੇ, ਨਹੀਂ ਤਾਂ ਤੁਹਾਡਾ ਹਸ਼ਰ ਵੀ ਹੋਵੇਗਾ ਜੋ ਪੰਜਾਬ ਦੇ ਵਿੱਚ ਅਕਾਲੀਆਂ ਦਾ ਹਸ਼ਰ ਹੋਵੇਗਾ। ਦੇਖੋ ਅਕਾਲੀ ਦਲ ਜਿਹੜਾ ਉਹ ਝੇਡਾਂ ਕਰ ਰਿਹਾ ਲੋਕਾਂ ਨੂੰ, ਇੱਕ ਚੋਰੀ ਉੱਤੋਂ ਸੀਨਾ ਚੋਰੀ, ਪਹਿਲਾਂ ਤਾਂ ਉਹ ਕਸੂਰਵਾਰ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ, ਗੋਲੀ ਕਾਂਡ ਦੇ ਕਸੂਰਵਾਰ ਨੇ, ਉਹਨਾਂ ਦੇ ਨਾਮ ਆ ਚੁੱਕੇ ਨੇ, ਉਹਨਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਕਿਸੇ ਰਿਪੋਰਟ ਦੇ ਤੱਥ ਨੂੰ ਝੁਠਲਾ ਨਹੀਂ ਸਕੇ। CCTV ਫੁਟੇਜ ਜਿਹੜੀ ਕੋਟਕਪੂਰੇ ਦੇ ਚੌਂਕ ਵਿੱਚ ਸੀ, ਜਿਹਨੇ ਸਭ ਕੁਝ ਨੰਗਾ ਕਰਤਾ, ਅਕਾਲੀ ਕਿਸੇ ਗੱਲ ਨੂੰ ਝੁਠਲਾ ਨਹੀਂ ਸਕੇ। ਰੈਲੀਆਂ ਕਰਨ ਦੇ ਨਾਲ ਝੂਠ ਜਿਹੜਾ ਉਹ ਸੱਚ 'ਚ ਤਬਦੀਲ ਨਹੀਂ ਹੋਵੇਗਾ। ਜਿਹੜੀਆਂ ਰੈਲੀਆਂ ਨੇ ਕੀਤੀਆਂ ਅਬੋਹਰ ਜਾਂ ਹੁਣੇ ਕਰਨਗੇ ਫਰੀਦਕੋਟ, ਇਹਦੇ ਵਿੱਚ ਅਕਾਲੀ ਦਲ ਦਾ ਕਿਰਦਾਰ ਹੀ ਨਜ਼ਰ ਨਹੀਂ ਆ ਰਿਹਾ। ਕਿਤੇ ਨੀਲੀਆਂ ਪੱਗਾਂ ਨਜ਼ਰ ਨਹੀਂ ਆ ਰਹੀਆਂ, ਸਾਬਤ ਸੂਰਤ ਲੋਕ ਨਜ਼ਰ ਨਹੀਂ ਆ ਰਹੇ, ਪੱਗਬੰਨ ਲੋਕ ਨਜ਼ਰ ਨਹੀਂ ਆ ਰਹੇ। ਐਂ ਲੱਗਦਾ ਜਿੱਦਾਂ ਦੂਜਿਆਂ ਸੂਬਿਆਂ ਦੇ ਉੱਤੋਂ ਪਹਾੜੇ ਦੇ ਟੱਟੂ ਲਿਆ ਕੇ ਬਿਠਾ ਕੇ ਕਿਰਾਏਦਾਰ ਅਤੇ ਰੈਲੀਆਂ ਕੀਤੀਆਂ, ਕਿਉਂਕਿ ਸਰਮਾਏਦਾਰ ਪਾਰਟੀਆਂ ਨੇ। ਇਸ ਲਈ ਅਗਰ ਉਹਨਾਂ ਨੂੰ ਪਰਮਿਸ਼ਨ ਦਿੱਤੀ ਆ ਅਤੇ ਜੇ ਇਨਸਾਫ ਮੋਰਚਾ ਪੈਰਲਲ ਕੋ ਰੈਲੀ ਦੀ ਅਨਾਊਂਸ ਕਰੇਗਾ, ਅਸੀਂ ਸਾਰੇ ਡਟ ਕੇ ਉਹਨਾਂ ਦੀ ਮਦਦ ਕਰਾਂਗੇ। ਦੇਖੋ ਉਹ ਸਾਰਿਆਂ ਨੂੰ ਅਧਿਕਾਰ ਹੈ ਜੀ, ਪੋਲੀਟੀਕਲ ਆਪਾਂ ਜਮਹੂਰੀਅਤ 'ਚ ਰਹਿੰਦੇ ਹਾਂ, ਪਰ ਸਾਡੇ ਦੋਸਤਾਂ ਨੂੰ ਇਹ ਦੱਸਣਾ ਪਊਗਾ ਪੰਜਾਬ ਦੇ ਲੋਕਾਂ ਨੂੰ ਕਿ ਕੀ ਉਹ ਪੰਜਾਬ ਦੀ ਵਿਚਾਰਧਾਰਾ ਨਾਲ ਖੜ੍ਹੇ ਆ ਜਾਂ ਉਹ ਦਿੱਲੀ ਦੀ ਵਿਚਾਰਧਾਰਾ ਨਾਲ ਖੜ੍ਹੇ। ਅਸੀਂ ਦਿੱਲੀ ਦੇ ਖਿਲਾਫ਼ ਨਹੀਂ ਗਏ, ਪਰੰਤੂ ਜਿਹੜਾ ਦਿੱਲੀ ਨੇ ਐਕਸਪੈਰੀਮੈਂਟ ਕੀਤਾ ਸੀਗਾ, ਤੀਸਰਾ ਸੁਪਨਾ ਇੱਕ ਲੋਕਾਂ ਨੂੰ ਦਿਖਾਇਆ ਸੀ ਬਦਲ, ਉਹ ਸੁਪਨਾ ਸਿਰੇ ਨਹੀਂ ਚੜਿਆ।